ਪੰਜਾਬ ਦੇ ਵਿੱਚ ਅਫਸਰਾਂ ਅਤੇ ਮੰਤਰੀਆਂ ਦੀ ਲੜਾਈ ਤੋਂ ਬਾਅਦ ਕਾਂਗਰਸ ਦੇ ਹੀ ਭੋਆ ਤੋਂ ਵਿਧਾਇਕ ਜੁਗਿੰਦਰਪਾਲ ਨੇ ਖੁਲਾਸਾ ਕੀਤਾ ਕਿ ਚਰਨਜੀਤ ਸਿੰਘ ਚੰਨੀ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਧਮਕੀ ਦਿੱਤੀ ਹੈ ਕਿ ਚੁੱਪ ਹੋ ਜਾਓ ਨਹੀਂ ਤਾਂ ਤੁਹਾਡੇ ਖਿਲਾਫ ਐਕਸ਼ਨ ਹੋਏਗਾ। ਜਿਸ ਤੋਂ ਬਾਅਦ ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੀਡੀਆ ਦੇ ਸਾਹਮਣੇ ਆਏ ਅਤੇ ਉਹਨਾਂ ਨੇ ਸਫਾਈ ਦਿੱਤੀ ਹੈ ਕਿ ਅਜਿਹੀ ਕੋਈ ਗੱਲ ਨਹੀਂ, ਇਹ ਤਾਂ ਐਵੇਂ ਹੀ ਰੌਲਾ ਪੈ ਗਿਆ। ਤ੍ਰਿਪਤ ਰਜਿੰਦਰ ਬਾਜਵਾ ਦਾ ਕਹਿਣਾ ਹੈ ਕਿ ਮੈਂ ਚਰਨਜੀਤ ਸਿੰਘ ਚੰਨੀ ਨੂੰ ਕੋਈ ਵੀ ਧਮਕੀ ਨਹੀਂ ਦਿੱਤੀ ਹੈ, ਮੈਂ ਉਹਨਾਂ ਦਾ ਸਤਿਕਾਰ ਕਰਦਾ ਅਤੇ ਦਲਿਤ ਭਾਈਚਾਰੇ ਦਾ ਵੀ ਮੈਂ ਆਪਣੇ ਦਿਲੋਂ ਸਤਿਕਾਰ ਕਰਦਾ ਅਤੇ ਕਿਸੇ ਦੇ ਖਿਲਾਫ ਵੀ ਮੈਂ ਨਹੀਂ ਬੋਲ ਸਕਦਾ। ਉਹਨਾਂ ਦਾ ਕਹਿਣਾ ਹੈ ਕਿ ਜੋ ਸਟੈਂਡ ਮੰਤਰੀਆਂ ਨੇ ਅਫਸਰ ਦੇ ਖਿਲਾਫ ਲਿਆ ਸੀ ਮੈਂ ਉਸ ਦੇ ਨਾਲ ਹਾਂ ਅਤੇ ਮੈਂ ਉਹਨਾਂ ਦੇ ਨਾਲ ਖੜਾ ਹੋਵਾਂਗਾ। ਤ੍ਰਿਪਤ ਰਜਿੰਦਰ ਬਾਜਵਾ ਦਾ ਇਹ ਵੀ ਕਹਿਣਾ ਕਿ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਜੇਕਰ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਜਾਂ ਫਿਰ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਬੁਲਾਉਣਗੇ ਤਾਂ ਉਹ ਜ਼ਰੂਰ ਜਾਣਗੇ ਅਤੇ ਆਪਣੀ ਸਫਾਈ ਦੇਣਗੇ। ਕਿਸ ਤਰ੍ਹਾਂ ਬਾਜਵਾ ਨੇ ਪੂਰੇ ਵਿਵਾਦ 'ਤੇ ਸਫਾਈ ਦਿੰਦਾ ਇਹ ਆਖਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਇਸ ਵਿੱਚ ਕੁਝ ਵੀ ਗਲਤ ਨਹੀਂ ਆਖਿਆ ਅਤੇ ਕਿਸੇ ਨੂੰ ਮੈਂ ਧਮਕੀ ਨਹੀਂ ਦਿੱਤੀ ਹੈ, ਤੁਸੀਂ ਖੁਦ ਹੀ ਦੇਖ ਲਓ। ਗੱਲ ਆ ਵੀ ਪਿਛਲੇ ਦੋ ਤਿੰਨ ਦਿਨਾਂ ਦਾ ਇੱਕ ਮਸਲਾ ਉੱਠਿਆ ਜਿਹਦੇ 'ਚ ਮੇਰਾ ਨਾਂ ਲੱਗ ਰਿਹਾ। ਵੈਸੇ ਤਾਂ ਜਿਹੜੀ ਪੰਜਾਬੀ ਦਾ ਗਾਣਾ ਐਵੇਂ ਰੌਲਾ ਪੈ ਗਿਆ, ਗੱਲ ਕੋਈ ਏਡੀ ਹੈ ਨਹੀਂ ਸੀ ਜਿੱਡੀ ਗੱਲ ਬਣ ਗਈ ਆ। ਵਜ਼ੀਰ ਇੱਕ ਦੂਜਿਆਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਨੇ, ਚੰਨੀ ਜੀ ਮੇਰੇ ਘਰ ਦੋ ਤਿੰਨ ਵਾਰੀ ਪਿਛਲੇ ਦਿਨਾਂ 'ਚ ਆਏ ਨੇ, ਮੈਂ ਗਿਆ ਉਹਨਾਂ ਦੇ ਘਰ, ਪਰ ਅਨਫੋਰਚੁਨੇਟਲੀ ਗੱਲ ਹੋਰ ਪਾਸੇ ਨੂੰ ਚਲੇ ਗਈ। ਮੈਂ ਜ਼ਿੰਦਗੀ 'ਚ ਕਦੇ ਸੋਚ ਵੀ ਨਹੀਂ ਸਕਦਾ ਵਾ ਮੈਂ ਕਿਸੇ ਨੂੰ ਕੋਈ ਦਾਬਾ ਮਾਰਾਂਗਾ ਜਾਂ ਡਰਾਉਣ ਜਾਵਾਂਗਾ। ਡਰਾਉਂਦਾ ਜਾਂ ਦਾਬਾ ਉਹ ਮਾਰਦਾ ਜਿਹਦਾ ਕੋਈ ਆਪਣਾ ਏਮ ਹੋਵੇ, ਜਿਹਦਾ ਕੋਈ ਆਪਣਾ ਨਿਸ਼ਾਨਾ ਹੋਵੇ। ਚੰਨੀ ਜੀ ਮੇਰੇ ਕੁਲੀਗ ਨੇ, ਮੇਰੇ ਲੀਡਰ ਰਹੇ ਨੇ, ਲੀਡਰ ਆਫ ਅਪੋਜੀਸ਼ਨ ਨੇ, ਸਤਿਕਾਰਯੋਗ ਨੇ, ਮੈਂ ਅੱਜ ਵੀ ਉਹਨਾਂ ਦਾ ਸਤਿਕਾਰ ਕਰਨਾ। ਪਤਾ ਨਹੀਂ ਕਿਉਂ ਇਹ ਗੱਲ ਬਾਹਰ ਨਿਕਲੀ ਹੈ ਜੇ ਗੱਲ ਹੋਈ ਆ, ਐਸੀ ਜੀ ਕੋਈ ਗੱਲ ਨਹੀਂ। ਮੈਂ ਕਦੇ ਵੀ ਨਹੀਂ ਇਹੋ ਜਿਹਾ ਕੋਈ ਉਹਨਾਂ ਨੂੰ ਗੱਲ ਕੀਤੀ ਉਹਨਾਂ ਦੀ ਸ਼ਾਨ ਦੇ ਖਿਲਾਫ ਜਾਂ ਉਹਨਾਂ ਨੂੰ ਡਰਾਉਣ ਦੀ ਗੱਲ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਜੇ ਫਿਰ ਵੀ ਕਿਹੋ ਜਿਹੀ ਗੱਲ ਕਿਸੇ ਦੇ ਮਨ 'ਚ ਹੈਗੀ ਆ ਤਾਂ ਸੁਨੀਲ ਜਾਖੜ ਜੀ ਸਾਡੇ ਪ੍ਰਧਾਨ ਨੇ, ਉਹ ਸਾਨੂੰ ਦੋਵਾਂ ਨੂੰ ਸੱਦ ਲੈਣ, ਬਿਠਾ ਕੇ ਪੁੱਛ ਲੈਣ। ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਚੀਫ ਮਿਨਿਸਟਰ ਨੇ, ਜਾਂ ਉਹ ਦੋਵਾਂ ਨੂੰ ਸੱਦ ਕੇ ਪੁੱਛ ਲੈਣ ਜਿਹੜੀ ਗੱਲ ਹੋਏਗੀ ਜਾਂ ਜਿਹੜਾ ਸ਼ੰਕਾ ਜਾਂ ਚੰਨੀ ਜੀ ਦੇ ਮਨ 'ਚ ਜੇ ਕੋਈ ਮੇਰੇ ਬਾਰੇ ਕੋਈ ਗੱਲ ਆਈ ਹੈ ਤਾਂ ਅਸੀਂ ਬਹਿ ਕੇ ਉਹਨਾਂ ਦੇ ਸਾਹਮਣੇ ਆਪਣਾ ਮੈਂ ਸਪਸ਼ਟੀਕਰਨ ਦੇ ਦੇਵਾਂ। ਪਰ ਮੈਂ ਕੋਈ ਇਹੋ ਜਿਹੀ ਗਲਤ ਗੱਲ ਜਾਂ ਉਹਨਾਂ ਨੂੰ ਦਾਬਾ ਬਣਾਉਣ ਦੀ ਗੱਲ ਨਹੀਂ ਕੀਤੀ। ਮੈਂ ਸੋਚ ਨਹੀਂ ਸਕਦਾ, ਮੇਰਾ ਕੁਲੀਗ ਹੈ, ਮੈਂ ਉਸ ਭਲੇ ਮਾਸ ਚੰਗੇ ਬੰਦੇ ਨੂੰ ਮੈਂ ਕਿਉਂ ਦਾਬਾ ਮਾਰਨਾ। ਸੋ ਇਹ ਗਲਤ ਪ੍ਰਚਾਰ ਹੋ ਰਿਹਾ ਨਹੀਂ, ਮੈਂ ਦਲਿਤ ਲੀਡਰ ਨੂੰ ਕਿਉਂ ਦਬਾਉਣਾ, ਚੰਗਾ ਸਾਥੀ ਹੈ ਮੇਰਾ ਤਾਂ, ਲੀਡਰ ਦਾ ਪੋਜੀਸ਼ਨ ਰਿਹਾ, ਮੈਂ ਉਹਦੇ ਅੱਗੇ ਸਤਿਕਾਰ ਕਰਨਾ, ਸਿਰ ਝੁਕਾਉਂਦਾ। ਬਾਕੀ ਜਿਹੜਾ ਜੋਗਿੰਦਰਪਾਲ ਜੀ ਨੇ, MLA ਸਾਹਿਬ ਨੇ, ਭੋਏ ਵਾਲਿਆਂ ਨੇ ਗੱਲ ਕੀਤੀ ਹੈ, ਉਹ ਸਾਡੀ ਗੁਰਦਾਸਪੁਰ ਦੀ ਸਿਆਸਤ ਆ। ਉਹ ਸ਼ਾਇਦ ਚੰਨੀ ਹੋਰਾਂ ਦਾ ਇੰਨਾ ਰੋਲ ਨਾ ਹੋਵੇ ਜਿੰਨਾ ਗੁਰਦਾਸਪੁਰ ਦੀ ਸਿਆਸਤ ਆ, ਉਹ ਸਾਡੇ ਸ਼ਹਿਰ ਦੀ ਸਿਆਸਤ ਹੈ, ਉਹ ਚੱਲਦੀ ਰਹਿੰਦੀ ਹੈ ਅਤੇ ਹੁਣ ਵੀ ਚੱਲਦੀ ਰਹਿਣੀ ਹੈ। ਦੇਖੋ ਕੈਬਨਿਟ ਦਾ ਡਿਸੀਜਨ ਹੋਇਆ ਸੀ ਵੀ ਕੈਬਨਿਟ ਇਕੱਠੀ ਫੈਸਲਾ ਕਰੇਗੀ, ਅੱਜ ਵੀ ਮੈਂ ਇਸ ਗੱਲ 'ਤੇ ਖਲੋਤਾ ਵੀ ਮਨਪ੍ਰੀਤ ਜੀ ਚੰਨੀ ਜੀ ਨਾਲ ਗੱਲ ਹੋਈ ਸੀ, ਕੱਲ੍ਹ ਤਲਖਰਾਮੀ ਹੋਈ ਸੀ, ਅੱਜ ਵੀ ਜੋ ਦੋਵੇਂ ਜਣੇ ਕਰਨਗੇ ਮੈਂ ਉਹਨਾਂ ਦੇ ਨਾਲ ਹੀ ਖਲੋਤਾ। ਕੈਬਨਿਟ ਦਾ ਫੈਸਲਾ ਇਕੱਠਾ ਵਾ, ਜੇ ਉਹ ਕਿਸੇ ਨੂੰ ਮਾਫ਼ ਕਰਨਗੇ ਉਹਨਾਂ ਦੀ ਮਰਜ਼ੀ, ਜੇ ਨਹੀਂ ਉਹਨਾਂ ਦੀ ਤਸੱਲੀ ਤਾਂ ਅੱਜ ਵੀ ਮੈਂ ਕੈਬਨਿਟ ਦੇ ਨਾਲ ਹੀ ਖੋਤਾ। ਮੈਂ ਨਹੀਂ ਇਹ ਗੱਲ ਕਹੀ ਜੀ, ਮੈਂ ਇਹੋ ਜਿਹੀ ਕੋਈ ਗੱਲ ਨਹੀਂ, ਪਰ ਮੈਂ ਫਿਰ ਵੀ ਕਹਿੰਦਾ ਵੀ ਇਹ ਗੱਲਾਂ ਮੇਰੀਆਂ ਜਾਂ ਤੁਹਾਡੀਆਂ TV ਸਭ ਨੇ ਸਪਸ਼ਟੀਕਰਨ ਦੀ ਮੈਨੂੰ ਲੋੜ ਨਹੀਂ। ਮੇਰੇ ਸੁਨੀਲ ਜਾਖੜ ਜੀ ਪ੍ਰਧਾਨ ਨੇ ਮੈਨੂੰ ਸੱਦ ਲੈਣ ਜਾਂ ਕੈਪਟਨ ਸਾਹਿਬ ਸੱਦ ਲੈਣ ਵੀ ਕੀ ਗੱਲ ਹੋਈ, ਮੈਂ ਉਹਨਾਂ ਨੂੰ ਸਭ ਕੁਝ ਦੱਸ ਨਹੀਂ। ਮੈਂ ਮੇਰੀ ਕਿਸੇ ਨਾਲ ਮੁੜ ਕੇ ਗੱਲ ਨਹੀਂ ਹੋਈ, ਕੋਈ ਗੱਲ ਨਹੀਂ ਹੋਈ, ਨਾ ਸੁਨੀਲ ਜੀ ਨੇ ਮੇਰੀ ਗੱਲ ਹੋਈ, ਨਾ ਕੈਪਟਨ ਸਾਹਿਬ ਨਾਲ ਮੇਰੀ ਗੱਲ ਹੋਈ ਆ। ਪਰ ਫਿਰ ਵੀ ਜੇ ਕੋਈ ਮੈਨੂੰ ਸੱਦ ਕੇ ਸਪਸ਼ਟੀਕਰਨ ਮੰਗੇਗਾ ਮੈਂ ਤਿਆਰ। ਉਹ ਥੋੜ੍ਹਾ ਜਿਹਾ ਚੀਫ ਮਿਨਿਸਟਰ ਸਾਹਿਬ ਨਾਲ ਤਲਖ, ਚੀਫ ਸੈਕਟਰੀ ਸਾਹਿਬ ਨਾਲ ਤਲਖ ਕਲਾਮੀ ਹੋ ਗਈ ਸੀਗੀ, ਉਹਦੇ ਵਿੱਚ ਮਨਪ੍ਰੀਤ ਜੀ ਉੱਠੇ, ਫਿਰ ਚੰਨੀ ਉੱਠੇ, ਸਾਰੀ ਕੈਬਨਿਟ ਉਹਨਾਂ ਨਾਲ ਉੱਠਿਆ। ਜੇ ਮੇਰੇ ਮਨ 'ਚ ਇਹ ਗੱਲ ਹੁੰਦੀ ਫਿਰ ਮੈਂ ਚੰਨੀ ਸਾਹਿਬ ਨਾਲ ਦੇ ਮਗਰ ਕਿਉਂ ਉੱਠਦਾ ਫਿਰ ਮੈਂ? ਚਲੋ ਉਹ ਵੱਖਰਾ ਇਸ਼ੂ ਹੈ ਜੀ, ਉਹ ਗੱਲ ਵੱਖਰੀ ਆ, ਉਹ ਪਾਲਿਸੀ ਮੈਟਰ ਹੈ ਜਿਹੜਾ ਮੈਨੂੰ ਐਕਸਾਈਜ਼ ਦਾ ਬਹੁਤਾ ਪਤਾ ਨਹੀਂ ਹੈਗਾ। ਮੈਂ ਕਦੇ ਕੋਈ ਸ਼ਰਾਬ ਦਾ ਠੇਕੇਦਾਰ ਨਹੀਂ ਰਿਹਾ ਨਾ ਗੱਲਬਾਤ, ਮੈਨੂੰ ਉਸ ਗੱਲ ਦੀ ਪੂਰੀ ਸਮਝ ਨਹੀਂ। ਉਹ ਮਨਪ੍ਰੀਤ ਜੀ ਜਾਣਦੇ ਨੇ ਜਾਂ ਸ਼ਾਇਦ ਚੰਨੀ ਜੀ ਨੂੰ ਸਮਝ ਆਊਗੀ, ਮੈਨੂੰ ਉਸ ਗੱਲ ਦੀ ਸਮਝ ਨਹੀਂ। ਦੇਖੋ ਮੈਂ ਮੇਰੀ ਸੁਣੋ ਗੱਲ, ਮੇਰੀ ਸੁਣੋ ਗੱਲ, ਮੈਂ ਜਮਾਂਦਰੂ ਕਾਂਗਰਸੀ ਹਾਂ, ਮੇਰੇ ਬਜ਼ੁਰਗ ਕਾਂਗਰਸੀ ਸੀ, ਅਤੇ ਕਾਂਗਰਸੀ ਤਾਂ ਬਿਨਾਂ ਐਸੀ ਵਿਚਾਰੇ ਤੋਂ, ਬਿਨਾਂ ਐਸੀ ਭਰਾਵਾਂ ਤੋਂ ਬਿਨਾਂ ਕਦੇ ਉੱਠੀ ਨਹੀਂ ਅਤੇ ਉੱਠ ਸਕਦੀ ਨਹੀਂ। ਮੈਂ ਕਿਸ ਤਰ੍ਹਾਂ ਸੋਚ ਸਕਦਾ ਜਾਂ ਕੋਈ ਸੋਚ ਸਕਦਾ ਵਾ ਮੈਂ ਐਸੀ ਭਰਾਵਾਂ ਦੇ ਖਿਲਾਫ਼ ਕੋਈ ਇਹੋ ਜਿਹੀ ਗੱਲ ਕਰਾਂਗਾ? ਇਹ ਤਾਂ ਸ਼ਾਇਦ ਮੇਰੇ ਤੋਂ ਪਿੱਛੋਂ ਕਾਂਗਰਸ 'ਚ ਆਏ ਨੇ, ਮੈਂ ਤਾਂ ਜਮਾਂਦਰੂ ਕਾਂਗਰਸੀ ਹਾਂ।
ਐਸੀ ਅਸੀਂ ਭਾਈਚਾਰੇ ਦਾ ਮੈਂ ਸਤਿਕਾਰ ਕਰਨਾ ਅਤੇ ਕਰਦਾ ਹੀ ਰਹਿਣਾ। ਨਹੀਂ ਮੈਂ ਜੋ ਮਨਪ੍ਰੀਤ ਜੀ ਅਤੇ ਚੰਨੀ ਜੀ ਜੋ ਅੱਗੇ ਫੈਸਲਾ ਕਰਨਗੇ ਉਹਨਾਂ ਦੇ ਨਾਲ ਅੱਜ ਸਟੈਂਡ ਕਰਦਾ। ਮੈਂ ਨਹੀਂ ਮੂਵ ਕੀਤਾ ਰੈਜੋਲੂਸ਼ਨ ਮੈਂ ਨਹੀਂ ਮੂਵ ਕੀਤਾ। ਮੈਂ ਅੱਜ ਵੀ ਕਹਿਣਾ ਜੋ ਮਨਪ੍ਰੀਤ ਜੀ ਚੰਨੀ ਜੀ ਫੈਸਲਾ ਕਰਨਗੇ ਮੈਂ ਉਹਨਾਂ ਦੇ ਨਾਲ ਅੱਜ ਵੀ ਖਲੋਤਾ। ਇਹ ਉਹਨਾਂ ਦਾ ਫੈਸਲਾ ਜੋ ਕਰਨਗੇ ਮੇਰਾ ਕੋਈ ਤਲਕ ਨਹੀਂ। ਉਹ ਮੇਰਾ ਇਸ ਗੱਲ ਦਾ ਮੈਂ ਨਹੀਂ ਮੈਂ ਮੇਰਾ ਮੇਰਾ ਫੈਸਲਾ ਜੋ ਮੈਂ ਉੱਠਿਆ ਸੀ ਜੋ ਮੈਂ ਫੈਸਲਾ ਲਿਆ ਸੀ ਮਨਪ੍ਰੀਤ ਜੀ ਚੰਨੀ ਦੇ ਮਗਰ ਲਿਆ ਸੀ ਅੱਜ ਵੀ ਮੈਂ ਉੱਥੇ ਖਲੋਤਾ। ਆਪਣੀ ਨਿੱਜੀ ਗੱਲ ਹੈ ਪਰ ਮੈਂ ਆਪਣੇ ਕੈਬਨਿਟ ਸਾਥੀਆਂ ਨਾਲ ਖਲੋਤਾ। ਥੈਂਕ ਯੂ ਜੀ, ਥੈਂਕ ਯੂ।